ਚੱਲ ਹੋਈ ਰੋਕ ਦੋ ਰੋਕ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹਨਾਂ ਨੂੰ ਦੇਖ ਕੇ ਤੁਸੀਂ ਆਪਣਾ ਹਾਸਾ ਕਾਬੂ ਨਹੀਂ ਕਰ ਸਕੋਗੇ। ਹਸਾ ਹਸਾ ਕੇ ਲੋਟਪੋਟ ਕਰਨ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਦੇਖ ਕੇ ਤੁਹਾਨੂੰ ਹਾਲੀਵੁੱਡ ਦੀ ਫਾਸਟ ਐਂਡ ਫਿਊਰੀਅਸ ਫਿਲਮ ਦੇ ਸਟੰਟ ਵੀ ਯਾਦ ਆ ਜਾਣਗੇ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਟ੍ਰੈਫਿਕ ਮੁਲਾਜ਼ਮ ਇੱਕ ਕਾਰ ਨੂੰ ਚੈਕਿੰਗ ਲਈ ਰੋਕਦਾ, ਪਰ ਕਾਰ ਚਾਲਕ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਤਾਂ ਮੁਲਾਜ਼ਮ ਛਾਲ ਮਾਰ ਕੇ ਕਾਰ ਦੇ ਬੋਨਟ ਤੇ ਚੜ ਜਾਂਦਾ। ਪਰ ਫਿਰ ਅੱਗੇ ਜੋ ਹੁੰਦਾ ਤੁਸੀਂ ਖੁਦ ਹੀ ਦੇਖ ਲਓ, ਜਿਸ ਨੂੰ ਦੇਖਣ ਤੋਂ ਬਾਅਦ ਹੱਸ ਹੱਸ ਕੇ ਤੁਹਾਡੀਆਂ ਬੱਖੀਆਂ ਦੁਖਣ ਲੱਗ ਜਾਣਗੀਆਂ। ਫਿਰ ਤੁਹਾਨੂੰ ਦੱਸਾਂਗੇ ਕਿ ਆਖਿਰ ਇਹ ਮਾਮਲਾ ਕੀ ਹੈ ਅਤੇ ਕਿੱਥੋਂ ਦਾ ਹੈ। ਪਹਿਲਾਂ ਤੁਸੀਂ ਆਹ ਵੀਡੀਓ ਦੇਖ ਲਓ। ਰੋਕ ਦੋ ਰੋਕ ਰੋਕ ਲੈ ਉਤਰ ਉਤਰ ਤਾਂ ਉਤਰ 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 ਜਲਦੀ ਉਤਰ ਜਲਦੀ ਉਤਰ ਉਤਰ। ਵੀਡੀਓ 'ਚ ਤੁਸੀਂ ਦੇਖਿਆ ਕਿ ਕਾਰ ਦੇ ਬੋਨਟ ਤੇ ਚੜਿਆ ਮੁਲਾਜ਼ਮ ਕਿਵੇਂ ਕਾਰ ਚਾਲਕ ਨੂੰ ਕਾਰ ਰੋਕ ਕੇ ਹੇਠਾਂ ਉਤਾਰਨ ਲਈ ਤਰਲੇ ਪਾ ਰਿਹਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬੇਖੌਫ ਕਾਰ ਚਾਲਕ ਦਾ ਦੋਸਤ ਦਿਲ ਕੰਬਾਉਣ ਵਾਲੇ ਤਮਾਸ਼ੇ ਦੀ ਵੀਡੀਓ ਕਿਵੇਂ ਬੇਧੜਕ ਹੋ ਕੇ ਬਣਾ ਰਿਹਾ ਹੈ। ਅਖ਼ਬਾਰਾਂ ਦੀਆਂ ਖ਼ਬਰਾਂ ਮੁਤਾਬਕ ਇਹ ਵੀਡੀਓ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨੰਗਲੋਈ ਚੌਂਕ ਇਲਾਕੇ ਦੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਭਾਲ ਵੀ ਨਾਲੋ ਨਾਲ। ਬਿਊਰੋ ਰਿਪੋਰਟ, ਹਕੀਕਤ ਟੀਵੀ, ਪੰਜਾਬੀ।